ਅਸਲਾਮ ਅਲੈਕੁਮ ਯਾਰ ਦੋਸਤੋ, ਠੀਕ ਠਾਕ? ਮੈਂ ਮੇਰੀ ਗੱਡੀ ਜਿਹੜਾ ਨਾ ਗਰਮ ਹੁੰਦੀ ਪਈ, ਇਹਨੂੰ ਕੋਈ ਮਸਲਾ ਪੈ ਗਿਆ ਅਤੇ ਮੈਂ ਕਿੰਗਰੇ ਜਿਹੜਾ ਨਾ ਸਹੀ ਕਰਾਉਣ ਵਾਸਤੇ ਆਇਆ। ਖਲੋ ਸਪੀਡ ਨਾਲ। ਇੱਕ ਸਕਿੰਟ ਮੈਂ ਛੱਡਣਾ ਤੇ ਤੇਰੇ ਕੋਲ ਹਰ ਸ਼ਾਇਦ ਥੱਲੇ ਆ ਜਾਂਦੀ ਆ। ਆਪ ਦੋਲੇ ਪਾਸੇ ਆ ਜਾ ਤੇਰੇ। ਬਾਈ ਖੋਲੀਏ ਗੱਡੀ ਤੇ ਕੀ ਮਸਲਾ? ਇਹਨੂੰ ਚੈੱਕ ਕੀਤਾ? ਹਾਂਜੀ ਚੈੱਕ ਕੀਤਾ ਬਾਈ, ਗੈਸ ਤੇ ਟੜ ਗਿਆ। ਅੱਛਾ, ਤੇ ਕਿੰਨਾ ਕੁ ਟਾਈਮ ਲੱਗੇਗਾ ਇਹਨੂੰ? ਘੰਟਾ ਡੇਢ ਲੱਗ ਜੂਗਾ। ਫਿਰ ਯੈਸ ਹੋ ਜਾਏਗੀ? ਫਿਰ ਤੇ ਬਾਅਦ ਚ ਗਰਮ ਗਰਮ ਹੋ ਜਾਏਗਾ। ਇਹ ਹੈਡ ਹੈ ਕੀ ਚੀਜ਼ ਹੈ? ਨਹੀਂ ਇਹ ਬਲਾਕ ਹੈ। ਹਾਂਜੀ ਉਹ ਗੈਸ ਕਰ ਖੜਿਆ ਜਿਹੜਾ ਸਾਡੇ ਮੁੰਡੇ ਖੜਿਆ ਲਾਈ ਉਧਰ ਗੈਸ ਕਰ ਸੜੇ ਆ। ਮੇਰੀ ਮਰਜ਼ੀ ਆਪਣੀ ਹੈ ਗੈਸ ਕਟ ਹੀ ਜਿਹੜਾ।
ਸੜ ਗਿਆ ਹੈ ਇਹ ਨਵਾਂ ਪਾ ਗਿਆ ਸਪੀਡ ਮਾਰ ਸਪੀਡ ਜ਼ਰਾ ਸਪੀਡ ਘੁੱਟ ਅਬੇ ਚਲੋ ਹਮ ਪਾਣੀ ਦੇਖੀਏ ਕੀ ਆ ਅੱਲਾ ਦੀ ਕਸਮ ਕਿਤੇ ਚੋਰੀ ਚੁਕਣੇ ਪਿਆ ਨੂੰ ਮੈਂ ਚੁੱਕ ਲੈਣਾ ਕੀ ਚੀਜ਼ ਹੈ ਟੈਬਲੇਟ ਹਾਂਜੀ ਹੈਡ ਦੇ ਬਾਲ ਜੀ ਹੈਡ ਦੇ ਬਾਲ ਹਾਂਜੀ ਤੇ ਟੈਬਲੇਟ ਕੇ ਅਨੂ ਟੈਬਲੇਟ ਹੁੰਦੇ ਨੇ ਇਹ ਚੀਜ਼ ਦੇ ਨਾਲ ਇਹ ਚੀਜ਼ ਦੇ ਨਾਲ ਟੈਬਲੇਟ ਹੁੰਦੇ ਨੇ ਹੈ ਜਿਹਨੇ ਪ੍ਰੈਸ਼ਰ ਬਣਾਉਣਾ ਹੁੰਦਾ ਇੰਜਨ ਦਾ ਹਾਂਜੀ ਕਿੰਨੀ ਦੇਰ ਹੋਇਆ ਕੰਮ ਸ਼ਾਮ ਕਰਦੇ ਆ 5-5.5 ਸਾਲ ਹੋ ਗਏ ਸਹੀ ਵਰਸਾ ਹੋ ਗਿਆ ਤਾਂ ਹਾਂਜੀ ਜਸਟ ਕਿੱਥੋਂ ਸੀ ਕੀ ਬਾਈ ਮੈਂ ਪਹਿਲੇ ਆਪਣੇ ਉਸਤਾਦ ਮੇਰੇ ਉਸਤਾਦ ਦਾ ਨਾਮ ਸੀ ਉਸਤਾਦ ਖਾਲਦ ਹਾਂਜੀ ਉਹਨਾਂ ਕੋਲ ਜਾ ਚੁੱਕੀ ਬੜੇ ਪੰਜਰ ਪਾਲਦੇ ਨੇ ਕਿੰਗਰ ਉਹਨਾਂ ਦੇ ਕੰਮ ਨੇ ਅਤੇ ਹੁਣ ਮੈਂ ਉਸਤਾਦ ਸਰਵਰ ਕੋਲ ਜੀ ਅੱਛਾ ਵੀ ਦੋਸਤੋ ਗੱਡੀ ਠੀਕ ਹੋ ਗਈ ਆ ਅਤੇ ਹੁਣ ਅਸੀਂ ਚੱਲੇ ਹਾਂ ਪਿੰਡ ਮਿਸਤਰੀਆਂ ਦਾ ਕੰਮ ਖਤਮ ਹੋ ਗਿਆ ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਵੀਡੀਓ ਪਸੰਦ ਆਏ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈਲ ਦਾ ਬਟਨ ਦਬਾਓ ਖੁਦਾ ਹਾਫਿਜ਼।